ਅਤੇ ਜੀ ਮੈਂ ਸ਼ੁਰੂ ਤੋਂ ਵੀ ਡਿਲੀਵਰੀ ਦੇ ਰੱਖੇ ਜੀ ਇਹਨਾਂ ਨੇ ਮੈਨੂੰ, ਅਤੇ ਵੀ ਆਪਣਾ ਡਿਲੀਵਰੀ ਦਾ ਅਜੇ ਤੱਕ ਵੀ ਫੁੱਲ ਰਿਸਪੋਂਸ ਆ ਰਿਹਾ ਜੀ, ਵੀ ਕੋਈ ਆਪਣਾ ਲੰਬ ਨਹੀਂ ਆਇਆ, ਕੋਈ ਆਪ ਪੀਜ਼ਾ ਠੰਡਾ ਨਹੀਂ ਹੋਏਗਾ, ਉਹ ਡਿਲੇਟ ਨਹੀਂ ਹੋਇਆ, ਬਸ ਜੇ ਮੈਂ ਆਪਦੀ ਜਾਨ 'ਤੇ ਖੇਡ ਕੇ ਜੀ ਡਿਲੀਵਰੀ ਪਹੁੰਚਾਉਣਾ, ਉੱਧਰੋਂ ਚਾਹੇ ਮੈਂ ਹੌਲੀ ਆ ਜਾ ਜੀ, ਉਹ ਮੈਨੂੰ ਚੱਕਰ ਨਹੀਂ ਕਿਹਾ ਆਪੇ ਇੱਕੋ ਛੱਤ ਥੱਲੇ ਦੋ ਵੱਡੀਆਂ ਸਹੂਲਤਾਂ ਸੱਜਣੋ, ਇੱਕ ਢਿੱਡ ਵਾਲੀ ਅਤੇ ਇੱਕ ਭਵਿੱਖ ਵਾਲੀ, ਦੋਨੇ ਪੂਰੀਆਂ ਕਰਨੀਆਂ। ਹੁਣ ਤਾਂ ਨਿਹਾਲ ਸਿੰਘ ਵਾਲਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਨਿਗਾਹ ਮਾਰ ਲਿਓ, ਅਰਮਾਨ ਪੀਜ਼ਾ ਐਂਡ ਵੀਜ਼ਾ ਇੱਕੋ ਛੱਤ ਦੇ ਥੱਲੇ, ਪੀਜ਼ਾ ਵੀ ਮਿਲ ਜੂ ਅਤੇ ਵੀਜ਼ਾ ਵੀ ਮਿਲ ਜੂ। ਅਰਮਾਨ ਸੱਜਣੋ ਜਦੋਂ ਪੈਦਾ ਹੋਇਆ ਸੀ ਨਾ, ਅਤੇ ਉਦੋਂ ਉਹ ਇੱਕ ਮਾਂ ਬਾਪ ਦਾ ਅਰਮਾਨ ਸੀ, ਅਤੇ ਅੱਜ ਉਹ ਸੱਜਣੋ ਕਈ ਪਰਿਵਾਰਾਂ ਦਾ ਅਰਮਾਨ ਬਣ ਗਿਆ। ਅਰਮਾਨ ਟਰੈਵਲ ਜਾਂ ਅਰਮਾਨ ਪੀਜ਼ਾ, ਜੇ ਤੁਸੀਂ ਸੱਚੀ ਗੱਲ ਪੁੱਛੋ ਨਾ, ਮੇਰੇ ਦਿਲ 'ਤੇ ਹੱਥ ਰੱਖ ਕੇ ਪੁੱਛੋ, ਤਾਂ ਇਹ ਇੱਕ ਸ਼ੌਪ, ਇੱਕ ਕਾਰੋਬਾਰ ਨਹੀਂ, ਇਹ ਇੱਕ ਜਜ਼ਬਾਤ ਆ, ਇੱਕ ਕਹਾਣੀ ਆ, ਇੱਕ ਬੋਰੀਆਂ ਚੱਕਣ ਵਾਲੇ ਮੇਰੀ ਉਮਰ ਦੇ ਨੌਜਵਾਨ ਦੀ, ਜਿਹੜਾ ਉੱਠਦਾ ਮਿਹਨਤ ਕਰਦਾ ਅਤੇ ਅੱਜ ਮਾਲਕ ਦੀ ਕਿਰਪਾ ਨਾਲ ਕਈ ਪਰਿਵਾਰਾਂ ਨੂੰ ਰੁਜ਼ਗਾਰ ਦੇ ਰਿਹਾ, ਕਈ ਪਰਿਵਾਰਾਂ ਨੂੰ। ਇਹ ਕੋਈ ਕਹਾਣੀ ਕਿਸੇ ਹੋਰ ਵਿਦੇਸ਼ ਦੀ ਜਾਂ ਹੋਰ ਕਿਤੋਂ ਦੀ ਕਹਾਣੀ ਨਹੀਂ, ਆਪਣੇ ਹੀ ਪੰਜਾਬ ਦੀ ਰਾਮੂ ਵਾਲੇ ਪਿੰਡ ਦੀ ਕਹਾਣੀ ਹੈ। ਅੱਜ ਨਿਹਾਲ ਸਿੰਘ ਵਾਲਾ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਇਹਨਾਂ ਦੀਆਂ ਬ੍ਰਾਂਚਾਂ ਸੱਜਣੋ, ਕਈ ਮੁੰਡਿਆਂ ਨੂੰ ਰੋਟੀ ਪਾ ਰਿਹਾ। ਮੈਂ ਤੁਹਾਨੂੰ ਇੱਕ ਕੰਮ ਦੀ ਗੱਲ ਹੋਰ ਦੱਸਾਂ, ਜੇ ਤੁਸੀਂ ਅਰਮਾਨ ਪੀਜ਼ੇ ਵਾਲਿਆਂ ਦੇ ਆਉਂਦੇ ਆ, ਨਿਹਾਲ ਸਿੰਘ ਵਾਲੇ, ਤਾਂ ਉਹਨਾਂ ਦੀ ਕੁਆਲਿਟੀ ਦੀ ਜ਼ਿੰਮੇਵਾਰੀ ਗਰੰਟੀ ਮੈਂ ਲਿਖ ਕੇ ਦੇ ਸਕਦਾ। ਵੈਸੇ ਤਾਂ ਵੀਡੀਓ ਜਵਾਨ ਹੀ ਹੁੰਦੀ ਆ, ਉਰੇ ਆ ਸੱਜਣਾ, ਉਰੇ ਆ, ਉਰੇ ਆ ਮੱਖਣਾ, ਉਰੇ ਆ, ਉਰੇ ਆ, ਉਰੇ ਆ, ਉਰੇ ਆ, ਆ ਜਾ ਆਪਾਂ ਦੱਸੀਏ ਕੁਛ ਯਾਰ ਲੋਕਾਂ ਨੂੰ। ਆਹ ਦੇਖੀਗਾ ਪ੍ਰੀਤ, ਇੱਥੇ ਵੀ ਲਿਖਿਆ ਪੀਜ਼ੇ ਅਤੇ ਬੀਜ਼ੇ ਇੱਕੋ ਛੱਤ ਦੇ ਥੱਲੇ, ਹੈਂ, ਉਰੇ ਆ ਜਾ। ਕਿਹੜਾ ਪਿੰਡ ਆ ਗੱਭਰੂ ਆ ਤੇਰਾ, ਕਿਹੜਾ ਪਿੰਡ ਆ, ਕਿਹੜਾ ਪਿੰਡ? ਰਾਮੂ ਵਾਲੇ। ਰਾਮੂ ਵਾਲਾ ਹੀ ਆ ਤੇਰਾ ਪਿੰਡ ਵੀ? ਅੱਛਾ, ਰਾਮੂ ਵਾਲਾ ਹੀ ਆ। ਹਾਂਜੀ। ਆਹ ਕੌਫੀ ਬਾਰੇ ਦੱਸ ਮੈਨੂੰ, ਇਹ ਕੌਫੀ ਕਿਹੜੀ ਕਿਹੜੀ ਬਣਦੀ ਹੈ ਇਹਦੇ ਵਿੱਚ? ਇਹ ਜੀ ਕੈਪੋਚੀਨੋ ਬਣਦੀ ਹੈ ਜੀ, ਕੈਫੇ ਲਾਤੇ ਬਣਦੀ ਹੈ, ਅਤੇ ਬਲੈਕ ਸ਼ੋਰਟ, ਅਤੇ ਆਮ ਹੋਰ ਵੀ ਕੋਈ ਹੈਗੀਆਂ। ਅੱਛਾ। ਹਾਂਜੀ। ਇਹ ਉਹ ਆ ਜਿਹਨਾਂ ਦੇ ਉੱਤੇ ਨਾਂ ਜਿਹਾ ਲਿਖ ਕੇ ਦਿੰਦੇ ਹੁੰਦੇ ਆ? ਹਾਂਜੀ, ਉਹ ਬਣਦੀ ਆ। ਹਾਂਜੀ। ਇਹ ਇਹ 'ਚ ਸਾਰੀਆਂ ਵੱਡੇ ਵੱਡੇ ਬ੍ਰਾਂਡਾਂ ਵਾਲੀਆਂ ਹੀ ਬਣਦੀਆਂ? ਹਾਂਜੀ, ਪੂਰੇ ਬ੍ਰਾਂਡ ਹੀ ਆ ਸਾਰੇ। ਸਾਰੇ ਬ੍ਰਾਂਡ ਹੀ ਆ ਜੀ। ਅਤੇ ਕੁਆਲਿਟੀ ਕਿਹੋ ਜਿਹੀ ਵਰਤਦੇ ਆ, ਮਾੜਾ ਜਿਹਾ ਲੋਕਾਂ ਨੂੰ ਦੱਸ ਦੇਈਏ, ਮੈਨੂੰ ਤਾਂ ਪਤਾ, ਮੈਂ ਤਾਂ ਤੁਹਾਡੀ ਕੁਆਲਿਟੀ ਦੀ ਸਹੁੰ ਖਾ ਸਕਦਾ। ਕੁਆਲਿਟੀ ਦੀ ਬਹੁਤ ਵਧੀਆ ਜੀ, ਆਪਾਂ ਦਿਲੋਂ ਬਣਾਈ ਦੀ ਚੀਜ਼, ਬਾਕੀ ਕਸਟਮਰਾਂ ਦਾ ਜਿਵੇਂ ਉਹ ਕਹਿੰਦੇ ਆ ਉਵੇਂ, ਬਾਕੀ ਹੋਰ ਵੀ ਹੈਗੇ ਜੀ ਸਾਰੇ ਕਿਤੇ, ਬਾਕੀ ਜਿਵੇਂ ਹੁਣ ਅਗਲੇ ਨੂੰ ਵਧੀਆ ਲੱਗਦੀ ਹੈ, ਅਗਲੋਂ ਰਿਸਪੋਂਸ ਦੇ ਕੇ ਜਾਂਦੇ ਜੀ। ਫਿਲਹਾਲ ਤਾਂ ਆਪਾਂ ਨੂੰ ਹੋ ਗਏ 2-3 ਮੰਥ ਹੋ ਗਏ ਜੀ, ਆਪਣਾ ਰਿਸਪੋਂਸ ਵਧੀਆ ਆ ਰਿਹਾ ਹਜੇ ਤੱਕ, ਤਾਂ ਮਾਲਕ ਦੀ ਕਿਰਪਾ ਨਹੀਂ ਤਾਂ ਹੈਗੀ ਹੈ। ਜੇ ਤੁਸੀਂ ਬਾਕੀ ਜੀ ਆਪਾਂ ਜੇ ਦਿਲੋਂ ਕਰਾਂਗੇ ਤਾਂ ਜੀ ਆਪਾਂ ਮਾਲਕ ਵੀ ਸੁਣਦੇ, ਜੇ ਸੱਚੇ ਦਿਲੋਂ ਮਿਹਨਤ ਕਰਾਂਗੇ ਫਿਰ ਪਰਮਾਤਮਾ ਵੀ ਸਾਥ ਦਿੰਦਾ। ਹਾਂਜੀ। ਜੇ ਸੱਚੇ ਦਿਲੋਂ ਬੰਦਾ ਮਿਹਨਤ ਕਰਦਾ ਤਾਂ ਪਰਮਾਤਮਾ ਸਾਥ ਦਿੰਦਾ। ਬਿਲਕੁਲ ਬਿਲਕੁਲ ਬਿਲਕੁਲ। ਪੀਜ਼ੇ ਦੀ ਕੀ ਆਈਟਮ ਆ, ਡਿਲੀਵਰੀ ਦਾ ਕੀ ਹਿਸਾਬ ਕਿਤਾਬ ਆ, ਕਿੰਨੀ ਕੁ ਫਾਸਟ ਅਤੇ ਕਿਹੋ ਜਿਹੀ ਡਿਲੀਵਰੀ ਦੇ ਦਿੰਦੇ ਆ? ਡਿਲੀਵਰੀ ਮੈਨੂੰ 3 ਸਾਲ ਹੋ ਗਏ ਜੀ ਇਹਨਾਂ ਨਾਲ ਜੁੜਿਆ ਬਾਈ ਹੋਣਾ ਨਾ, ਅਤੇ ਜੀ ਮੈਂ ਸ਼ੁਰੂ ਤੋਂ ਵੀ ਡਿਲੀਵਰੀ ਦੇ ਰੱਖੇ ਜੀ ਇਹਨਾਂ ਨੇ ਮੈਨੂੰ, ਅਤੇ ਵੀ ਆਪਣਾ ਡਿਲੀਵਰੀ ਦਾ ਅਜੇ ਤੱਕ ਵੀ ਫੁੱਲ ਰਿਸਪੋਂਸ ਆ ਰਿਹਾ ਜੀ, ਵੀ ਕੋਈ ਆਪਣਾ ਲੰਬ ਨਹੀਂ ਆਇਆ, ਕੋਈ ਆਪ ਪੀਜ਼ਾ ਠੰਡਾ ਨਹੀਂ ਹੋਏਗਾ, ਉਹ ਡਿਲੇਟ ਨਹੀਂ ਹੋਇਆ, ਬਸ ਜੇ ਮੈਂ ਆਪਦੀ ਜਾਨ 'ਤੇ ਖੇਡ ਕੇ ਜੀ ਡਿਲੀਵਰੀ ਪਹੁੰਚਾਉਣਾ, ਉੱਧਰੋਂ ਚਾਹੇ ਮੈਂ ਹੌਲੀ ਆ ਜਾ ਜੀ, ਉਹ ਮੈਨੂੰ ਚੱਕਰ ਨਹੀਂ ਕਿਹਾ, ਆਪਾਂ ਇੱਧਰੋਂ ਤਾਂ ਆਪਾਂ ਅੱਗ ਅੱਗੂ ਚੱਕਦੇ ਜੀ। ਆਏ ਹਾਏ 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 ਹਾਏ। ਬਾਕੀ ਜਾ ਮੇਰਾ ਵੀਰਾ ਜਾਂ ਮੇਰਾ ਵੱਡਾ ਭਰਾ ਜੀ। ਵੱਡਾ ਭਾਈ? ਅੱਛਾ, ਤੁਸੀਂ ਉਹਨੇ ਪਾਈ ਆ? ਹਾਂਜੀ, ਅਸੀਂ ਭਰਾ ਜਾਂ ਮੇਰਾ ਵੱਡਾ ਭਰਾ ਜੀ। ਅੱਛਾ, ਇਹ ਤੁਹਾਡਾ ਵੱਡਾ ਭਰਾ? ਲਾ ਫਿਰ ਲਾ ਕੇ ਮੈਂ ਹੁਣ ਇਹਦੇ ਲਾ, ਵੱਡੇ ਬਾਈ ਦੇ ਲਾ, ਹੁਣ ਵੱਡੇ ਬਾਈ ਦੇ ਲਾ। ਹਾਂ, ਜਿਵੇਂ ਆਪਾਂ ਤਾਰ 'ਤੇ ਨਹੀਂ ਟੰਗਦੇ ਹੁੰਦੇ, ਆਹ ਤਾਂ ਨੱਪ ਕੇ ਜੇ ਟੰਗਦੇ, ਜਿਵੇਂ ਲੀੜੇ ਨਹੀਂ ਟੰਗਦੇ ਹੁੰਦੇ ਆਪਾਂ, ਆਹ
ਹਾਂਜੀ ਹਾਂਜੀ ਸਰ, ਕਿਹੜਾ ਕਰਨਾ ਜੀ? ਲੀਡ ਟੰਗਣ ਵਾਲੀ ਚੂੰਡ ਹੋਈ ਹੈ, ਅਰਮਾਨ ਫਾਰਮ ਫਰੈਸ਼ ਤੰਦੂਰੀ ਸਪਾਈਸੀ ਪੀਜ਼ਾ ਜੀ, ਕਿਹੜਾ ਕਰਨਾ ਸਰ? ਹਾਂ ਨਹੀਂ ਲੈ ਲੈਣ ਦੇ, ਉਹਨੂੰ ਆਰਡਰ ਲੈ ਲੈਣ ਦੇ, ਤੰਦੂਰੀ ਪੀਜ਼ਾ ਕਰ ਦਿੰਦੇ ਸਰ। ਲਓ ਜੀ ਤੰਦੂਰੀ ਪੀਜ਼ਾ ਕਰਕੇ ਜੀ ਸਰ। ਓਕੇ ਦੋ ਮਸਾਲਾ ਫਰਾਈ। ਹਾਂ ਇੱਕ ਮਿੰਟ, ਕੋਈ ਨਾ ਕੋਈ ਨਾ ਕੋਈ ਨਾ, ਤੂੰ ਲੈ ਲੈਣ ਦੇ ਆਰਡਰ, ਲੈਣ ਦੇ ਲੈ ਲੈਣ ਜੀ। ਆਪਣਾ ਤੰਦੂਰੀ ਪੀਜ਼ਾ ਕਿੱਥੇ ਕਰਨੀ ਡਿਲੀਵਰੀ ਸਰ? ਤੰਦੂਰੀ ਪੀਜ਼ਾ ਕਿਹੜਾ ਹੁੰਦਾ ਯਾਰ ਪ੍ਰੀਤ? ਹੈਂ ਓਕੇ, ਆਪਣੇ 690 ਰੁਪਏ ਹੋ ਗਏ ਸਰ। ਆਹ ਲਓ ਜੀ, ਵਿੱਚ ਹੀ ਰੇਟ ਦੱਸਤਾ, ਨਾਲੇ ਦਰਸ਼ਕਾਂ ਨੂੰ ਪਤਾ ਲੱਗੀ ਜਾਂਦਾ। ਥੈਂਕ ਯੂ। ਇਹ ਤੰਦੂਰੀ ਪੀਜ਼ਾ ਦੱਸ ਸਾਨੂੰ ਯਾਰ, ਤੰਦੂਰੀ ਪੀਜ਼ਾ ਸਾਨੂੰ ਤਾਂ ਕਿਤੇ ਖਵਾਇਆ ਨਹੀਂ। ਤੰਦੂਰੀ ਸਾਨੂੰ ਹੁਣੇ ਖਵਾਇਆ। ਤੰਦੂਰੀ ਉਹ ਕਿਹੋ ਜਿਹਾ ਪੀਜ਼ਾ ਹੁੰਦਾ ਤੰਦੂਰੀ? ਇਹ ਸਪਾਈਸੀ ਹੁੰਦਾ, ਸਾਰੇ ਇਹ 'ਚ ਸਾਰੇ ਇਨਗਰੀਡੀਐਂਟ ਪਾਏ ਹੁੰਦੇ ਆ। ਅਨੀਅਨ, ਕੈਪਸੀਕਮ, ਸਵੀਟ ਕੋਰਨ, ਪਨੀਰ, ਬਲੈਕ ਆਲਿਵ, ਐਲੋਪੀਨਾ, ਗ੍ਰੀਨ ਚਿੱਲੀ, ਥੋੜ੍ਹਾ ਸਪਾਈਸੀ ਹੁੰਦਾ ਟੱਚ। ਅੱਛਾ ਮਿਰਚ ਹੁੰਦੀ ਹੈ, ਕਰਾਰਾ ਜਿਹਾ ਹੁੰਦਾ ਜੀ। ਕਰਾਰਾ? ਹਾਂਜੀ, ਪੰਜਾਬੀ ਤੜਕਾ। ਕਿੰਨੇ ਕੁ ਪੀਜ਼ੇ, ਕਿੰਨੇ ਕੁ ਕਿੰਨੇ ਕੁ ਤੇਰੇ ਕੋਲ? ਫਿਰ ਆਪਣੇ 3 ਕੈਟਾਗਰੀ ਹੈ ਸਰ, ਇੱਕ ਸਿੰਪਲ ਜਿਹੜਾ ਆਮ ਲੋਕਲ ਸਾਰੇ ਲੈ ਸਕਦੇ ਆ, ਫਿਰ ਉਸ ਤੋਂ ਬਾਅਦ ਆ ਜਾਂਦਾ ਆਪਣਾ ਬੈਸਟ ਪੀਜ਼ਾ ਅਰਮਾਨ ਫਾਰਮ ਫਰੈਸ਼। ਇਹ 'ਚ 3 ਕੈਟਾਗਰੀਆਂ ਆਉਂਦੀਆਂ, ਰੈਗੂਲਰ, ਸਮਾਲ ਪੀਜ਼ਾ, ਫਿਰ ਮੀਡੀਅਮ, ਲਾਰਜ ਅਤੇ ਐਕਸਲ ਸਾਈਜ਼। ਸਭ ਤੋਂ ਵੱਡਾ ਪੀਜ਼ਾ 13 ਪੀਸ ਹੁੰਦੇ ਉਹਦੇ ਵਿੱਚ। ਅਤੇ ਆਫਰ ਆਫਰ ਕੀ ਰਹਿੰਦੇ? ਆਫਰ ਸਰ ਆਪਣਾ ਮੰਡੇ, ਵੈਨਸਡੇ ਅਤੇ ਫਰਾਈਡੇ ਇੱਕ ਨਾਲ ਇੱਕ ਪੀਜ਼ਾ ਫ੍ਰੀ ਹੁੰਦਾ। ਜੇ ਤੁਸੀਂ ਦੂਸਰਾ ਪੀਜ਼ਾ ਨਹੀਂ ਲੈਣਾ, ਕਈ ਵਾਰ ਇੱਦਾਂ ਹੋ ਜਾਂਦਾ ਨਾ, ਜ਼ਿਆਦਾ ਹੋ ਜਾਂਦਾ 3-4 ਪਰਸਨ ਲਈ, ਫਿਰ ਆਪਾਂ ਵਰਾਇਟੀ ਚੇਂਜ ਕਰ ਦਿੰਦੇ ਹਾਂ। ਅੱਛਾ, ਫਿਰ ਉਹਦੇ ਨਾਲ ਇੱਕ ਪਨੀਰ ਵਾਲਾ ਸੈਂਡਵਿਚ ਫ੍ਰੀ ਦੇ ਦਿੰਦੇ ਹਾਂ, ਇੱਕ ਫਰੈਂਚ ਫਰਾਈ, ਲਾਰਜ 1 ਲੀਟਰ ਕੋਕ। ਅਤੇ ਨੰਬਰ ਕਿੰਨੀ ਦੂਰ ਤੱਕ ਛੱਡੇ ਉਹਨੇ? ਦੂਰ ਸਰ ਆਪਣਾ ਜੀ ਦੀਨਾ ਕਾਂਗੜ, ਇੱਧਰ ਕੁੱਸਾ ਮੀਨੀਆਂ ਤੱਕ, ਰੌਕਿਆਂ ਤੱਕ। ਬਾਕੀ ਔਡਰ 'ਤੇ ਡਿਪੈਂਡ ਕਰਦਾ ਵੀ ਕਿੰਨਾ ਕੁ ਔਡਰ, ਕਿੰਨਾ ਫਰੀ ਆਫ ਕੋਸਟ, 1000 ਤੋਂ ਉੱਪਰ ਫ੍ਰੀ ਡਿਲੀਵਰੀ ਆ। 1000 ਤੋਂ ਉੱਤੇ ਫ੍ਰੀ ਡਿਲੀਵਰੀ ਆ ਜਿਹੜੇ ਦੂਰ ਪਿੰਡਾਂ ਦੇ? ਦੂਰ ਪਿੰਡ? ਹਾਂਜੀ, ਜਿਹੜੇ ਨੇੜੇ ਪਿੰਡ ਆ ਤਾਂ 5 ਕਿਲੋਮੀਟਰ ਤੱਕ ਆਪਣੀ ਫ੍ਰੀ ਡਿਲੀਵਰੀ ਆ। ਉਹ ਫ੍ਰੀ ਹੋਈ ਆ, ਉਹ ਭਾਵੇਂ 300 ਮੰਗਾ 50। ਹਾਂਜੀ, ਮਿਨੀਮਮ ਆਰਡਰ ਤੇ। ਮੰਨ ਲਓ ਇਹ ਬੰਦਿਆਂ ਦੀ ਜ਼ਿੰਮੇਵਾਰੀ ਮੇਰੀ ਆ, ਕੁਆਲਿਟੀ ਦੀ ਵੀ, ਕੁਆਂਟਿਟੀ ਦੀ ਵੀ, ਰੇਟ ਦੀ ਵੀ। ਬਸ ਤੁਹਾਡਾ ਕੰਮ ਤਾਂ ਸਿਰਫ ਆਰਡਰ ਕਰਨਾ, ਉਹ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਆ, ਮੈਂ ਹੀ ਇਹਨਾਂ ਦਾ ਲਾਂਭਾ ਸੁਣਨਾ ਅਤੇ ਮੈਂ ਹੀ ਤੁਹਾਡਾ ਮਸਲਾ ਹੱਲ ਕਰਕੇ ਦੇਣਾ। ਮਤਲਬ ਮੈਨੂੰ, ਮੈਂ ਇਹ ਗੱਲਾਂ ਕਾਹਤੋਂ ਕਹਿ ਰਿਹਾ, ਕਿਉਂਕਿ ਮੈਨੂੰ ਪਤਾ ਇਹ ਹੋਣਾ ਹੀ ਨਹੀਂ, ਲਾਂਭਾ ਹੋਣਾ ਹੀ ਨਹੀਂ। ਕਿਉਂਕਿ ਕੁਛ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਜ਼ਿੰਦਗੀ ਭਰ ਵਾਸਤੇ ਨਾ ਲਾਂਭਾ ਦੇਣ ਵਾਸਤੇ ਬਣੇ ਹੁੰਦੇ ਆ ਅਤੇ ਨਾ ਲਾਂਭਾ ਲੈਣ ਵਾਸਤੇ ਬਣੇ ਹੁੰਦੇ ਆ। ਤਾਂ ਇਸ ਏਜੰਸੀ ਦਾ ਜਿਹੜਾ ਮਾਲਕ ਆ ਉਹ ਬਸ ਪੈਦਾ ਹੀ ਇਸ ਕੰਮ ਵਾਸਤੇ ਹੋਇਆ। ਕਈ ਬੰਦੇ ਹੁੰਦੇ ਆ ਜ਼ਿੰਦਗੀ 'ਤੇ ਲਾਂਭੇ ਹੀ ਪੈਦਾ ਹੁੰਦੇ ਆ, ਅਤੇ ਕਈ ਬੰਦੇ ਹੁੰਦੇ ਲਾਂਭੇ ਦੇਣ ਵਾਸਤੇ ਪੈਦਾ ਹੁੰਦੇ ਆ। ਅਤੇ ਬਰਥਡੇ ਹੋਵੇ ਤੁਹਾਡਾ, ਤੁਸੀਂ ਆਹ ਦੇਖੋ, ਫਿਰ ਤੁਹਾਨੂੰ ਇੱਕ ਹੋਰ ਟੇਸਟ ਦਿਖਾਉਣਾ, ਪਿੰਡ ਘੀਰਿਆਂ ਤੋਂ ਪਛਾਣਿਆ ਜਾਂਦਾ। ਇੱਧਰ ਮਾੜਾ ਜਿਹਾ ਨਿਗਾਹ ਮਾਰੀ, ਇੱਥੇ ਜ਼ਿੰਦਗੀ ਜ਼ਿੰਦਾਬਾਦ ਕਿਤਾਬ ਪਈ ਹੈ, ਡਾਕੂਆਂ ਦਾ ਮੁੰਡਾ ਆਉਂਦਾ, ਮਿੰਟੂ ਗੁਰੂਸਰੀ ਆ, ਜਸਵੰਤ ਜਾਫਰ ਦੀ। ਅਤੇ ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਜਿਹੜੀਆਂ ਕਿਤਾਬਾਂ ਪਈਆਂ ਨਾ, ਜੇ ਕੋਈ ਪੀਜ਼ਾ ਖਾਣ ਆਇਆ ਆ ਕਿਤਾਬ ਚੱਕ ਕੇ ਲੈ ਗਿਆ ਤਾਂ ਉਹ ਲੈ ਜਾਵੇ, ਕੋਈ ਗੱਲ ਨਹੀਂ। ਉਹ ਕਿਤਾਬ ਉਹ ਕੋਈ ਨਹੀਂ ਤੈਨੂੰ ਆਏ, ਤੁਹਾਨੂੰ ਆਏ ਨਹੀਂ ਕਹੂਗਾ ਬਾਈ ਕਿਤਾਬ ਕਿੱਧਰ ਚੱਕੀ ਜਾਂਦਾ, ਉਹ ਕੋਈ ਚੱਕਰ ਨਹੀਂ ਗਾ। ਜੇ ਕੋਈ ਬੰਦਾ ਕਿਤਾਬ ਚੱਕ ਕੇ ਲਿਜਾਣਾ ਚਾਹੂਗਾ ਤਾਂ ਇੱਥੋਂ ਬੇਸ਼ੱਕ ਲੈ ਜਾਵੇ, ਉਹ ਕੋਈ ਚੱਕਰ ਨਹੀਂ ਗਾ। ਮੇਰੇ ਵੱਲੋਂ ਆ, ਮੈਂ ਕਹਿ ਰਿਹਾ, ਇਹਨਾਂ ਵੱਲੋਂ ਨਹੀਂ ਗਾ, ਐਵੇਂ ਆ ਨਾ। ਜੇ ਕੋਈ ਕਿਤਾਬ ਲੈ ਜੂਗਾ ਕੋਈ ਪਰੇਸ਼ਾਨੀ ਨਹੀਂ ਨਾ, ਕਿਤਾਬ ਤੁਸੀਂ ਬੇਸ਼ੱਕ, ਕੋਈ ਚੱਕਰ ਨਹੀਂ ਗਾ। ਆਉਣ ਵਾਲੇ ਦਿਨਾਂ 'ਚ ਹੋ ਸਕਦਾ ਮਾਲਕਾਂ ਨਾਲ ਸੰਪਰਕ ਕਰਦੇ ਹਾਂ, ਕੋਈ ਕਿਤਾਬ ਦਾ ਔਫਰ ਰੱਖਿਆ ਕਰਾਂਗੇ, ਔਫਰ ਰੱਖਿਆ ਕਰਾਂਗੇ ਕਿਤਾਬ ਦਾ ਜੀ। ਅੱਛਾ, ਇਸ ਤਰ੍ਹਾਂ ਦੇ ਰੱਖੀਆਂ ਹੋਈਆਂ ਆਹ ਦੇਖੋ ਲੋਕ, ਕਿਉਂ
ਐਵੇਂ ਦੀਆਂ ਕਿਤਾਬਾਂ, ਕਿਉਂਕਿ ਇਹ ਬੰਦਾ ਹਰਪਿੰਦਰ ਦੀ ਮੈਂ ਗੱਲ ਕਰਦਿਆਂ ਤਾਂ ਸੱਜਣੋਂ ਲਾਇਬ੍ਰੇਰੀ ਚਲਾਉਣਾ, ਬੱਚਿਆਂ ਦੀ ਪੜ੍ਹਾਈਆਂ ਦੀ ਫੀਸ ਦੇਣਾ, ਆਪਣੇ ਬਰਥਡੇ ਨੂੰ ਕਿਵੇਂ ਸੈਲੀਬ੍ਰੇਟ ਕਰਨਾ ਦੁਨੀਆ ਨੂੰ ਦੱਸਣ ਵਾਲਾ ਇਨਸਾਨ ਆ, ਬਹੁਤ ਪਿਆਰਾ ਮਿੱਤਰ ਹੈ। ਤੁਸੀਂ ਆਇਓ, ਤੁਹਾਨੂੰ ਪਤਾ ਲੱਗੂਗਾ ਕਿ ਕਾਮਯਾਬੀ ਕਿਵੇਂ ਹੁੰਦੀ ਹੈ ਅਤੇ ਕੁਆਲਿਟੀ ਕੀ ਚੀਜ਼ ਹੁੰਦੀ ਹੈ। ਜਿਉਂਦੇ ਰਹੋ।